ਹੈਲੋ ਵੈਲਕਮ ਟੂ ਮਾਈ ਚੈਨਲ ਮਿਹਨਤੀ ਬੱਚੇ ਅੱਜ ਆਪਾਂ ਟੌਪਿਕ ਵਾਈਜ਼ ਐਨਾਲਿਸਿਸ ਕਰਾਂਗੇ ਪੀਪੀਐਸਸੀ ਦੇ ਪ੍ਰੀਵਿਅਸ ਪੇਪਰਸ ਆ ਉਹ ਇਹੋ ਸਾਰੇ ਪੇਪਰ ਹਨ ਜੋ ਕਿ ਅਲੱਗ-ਅਲੱਗ ਐਗਜ਼ਾਮਸ ਚਾਹੇ ਚ ਪੀਸੀਐਸਾ ਚਾਹੇ ਕੋਆਪਰੇਟਿਵ ਹੈ ਜਾਂ ਕੋਈ ਵੀ ਸਟੇਟ ਦਾ ਡਿਪਾਰਟਮੈਂਟ ਪੇਪਰ ਹੈ ਉਹਨਾਂ ਵਿੱਚ ਜੋ-ਜੋ ਟੌਪਿਕਸ ਆਏ ਹੋਏ ਹਨ ਪੰਜਾਬ ਦੇ ਰਿਗਾਰਡਿੰਗ ਪੰਜਾਬ ਦੇ ਸਟੈਟਿਕ ਤੇ ਕਰੰਟ ਦੇ ਵਿੱਚੋਂ ਜੋ-ਜੋ ਕੁਐਸਚਨਸ ਹੀ ਟਾਈਪ ਆਈ ਹੋਈ ਹੈ ਉਹ ਦੇਖਾਂਗੇ ਤਾਂ ਕਿ ਤੁਸੀਂ ਆਪਣੇ ਆਉਣ ਵਾਲੇ ਪੇਪਰ ਦੇ ਵਿੱਚ ਉਹ ਉਹ ਟੌਪਿਕਸ ਕਵਰ ਕਰ ਸਕੋ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਕੀ ਕੀ ਪੜ੍ਹਨਾ ਹੈ ਕਿ ਛੱਡਣਾ ਸ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹੁੰਦੀ ਆ ਜਿਹੜੀ ਕਰੰਟ ਦੀ ਵੀਡੀਓ ਮੈਂ ਅਪਲੋਡ ਕੀਤੀ ਹੈ ਉਹਦੇ ਵਿੱਚ ਮੈਂ ਇੱਕ ਗੱਲ ਦੱਸਣਾ ਭੁੱਲ ਗਈ ਜਿਹੜਾ ਇੰਟਰਨੈਸ਼ਨਲ ਸੋਲਰ ਅਲਾਈਅንስ ਆ ਬਹੁਤ ਜ਼ਿਆਦਾ ਨਿਊਜ਼ ਚ ਹੈ ਉਹਦੇ ਉੱਪਰ ਕੁਐਸਚਨ ਆਉਣ ਦੇ ਪੂਰੇ ਪੂਰੇ ਚਾਂਸਸ ਹੈ ਜਿੱਤੇ ਤੁਸੀਂ ਸਾਰਾ ਕੁਝ ਲਿਖਿਆ ਹੈ ਵੀ ਕਿਹੜੀ ਕਿਹੜੀ ਚੀਜ਼ਾਂ ਪੜ੍ਹਨੀਆਂ ਨੇ ਉੱਥੇ ਉਹ ਵੀ ਐਡ ਕਰ ਲਿਓ ਤੇ ਉਹਦੇ ਬਾਰੇ ਜ਼ਰੂਰ ਪੜ੍ਹ ਲਿਓ ਡਿਟੇਲ ਦੇ ਵਿੱਚ ਸੋ ਪੰਜਾਬ ਦੇ ਉੱਪਰ ਦੇਖਦੇ ਆਂ ਸਭ ਤੋਂ ਪਹਿਲਾਂ ਦੇਖਦੇ ਆਂ ਕਰੰਟ ਚ ਕੀ ਪੜ੍ਹਨਾ ਹੈ ਦੇਖੋ ਜਿਵੇਂ ਆਪਣੇ ਸੈਂਟਰ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਨੇ ਕੋਈ ਵੀ ਯੋਜਨਾ ਚਲਾਈ ਹੋਈ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਕੁਐਸਚਨ ਆਇਆ ਆਪਣੇ ਕੋਲ 스마트 ਸਿਟੀ ਮਿਸ਼ਨ ਦੇ ਉੱਪਰ 스마트 ਸਿਟੀ ਮਿਸ਼ਨ ਠੀਕ ਹੈ 스마트 ਸਿਟੀ ਮਿਸ਼ਨ ਦੇ ਵਿੱਚ ਹੁਣ ਆਪਣੇ ਕੋਲ ਕੁਐਸਚਨ ਆ ਜਾਊਗਾ ਇਹਦੇ ਵਿੱਚ ਕਿ ਪੰਜਾਬ ਦੀ ਕਿਹੜੀ ਕਿਹੜੀ ਸਿਟੀਆਂ ਨੇ ਜਿਵੇਂ ਅੰਮ੍ਰਿਤਸਰ ਹੈ ਜਲੰਧਰ ਹੈ ਲੁਧਿਆਣਾ ਹੈ ਠੀਕ ਹੈ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਉਹ ਤੋਂ ਬਾਅਦ ਹੁਣ ਜਿਵੇਂ ਆਪਣੇ ਕੋਲ World Health Organization ਹੈ ਉਹਨੇ ਇੱਕ ਰਿਪੋਰਟ ਰਿਲੀਜ਼ ਕੀਤੀ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਇੰਡੀਆ ਦੇ ਵਿੱਚ ਵਰਡ ਦੀਆਂ ਟੌਪ ਮੋਸਟ 20 ਸਿਟੀਆਂ ਨੇ ਜਿਹੜੀਆਂ ਪੋਲਿਊਟਡ ਨੇ ਤਾ ਕੁਐਸ਼ਨ ਆਇਆ ਸੀ ਕਿ ਪੰਜਾਬ ਦੀ ਕਿਹੜੀ ਸਿਟੀ ਦਾ ਨਾਮ ਹੈ ਉਹਦੇ ਵਿੱਚ ਠੀਕ ਹੈ ਜਿਵੇਂ ਪਟਿਆਲਾ ਉਹ ਦਾ ਅਨਸਰ ਤਾਂ ਇਹ ਚੀਜ਼ਾਂ ਦੇਖਣੀਆਂ ਨੇ ਕਿ ਪੰਜਾਬ ਦੀ ਕਿਸੇ ਵੀ ਸਿਟੀ ਦਾ ਜ਼ਿਕਰ ਕਿਸੇ ਵੀ ਚਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਰਿਲੇਟਡ ਆ ਰਿਹਾ ਹੈ ਜਾਂ ਫਿਰ ਕੋਈ ਯੋਜਨਾ ਦੇ ਅੰਦਰ ਆ ਰਿਹਾ ਹੈ ਉਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਠੀਕ ਹੈ ਉਸ ਤੋਂ ਬਾਅਦ WHO ਦਾ ਹੋ ਗਿਆ ਹੋਰ ਨੈਕਸਟ ਆਪਾਂ ਦੇਖ ਰਹੇ ਹਾਂ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਮਿਨਿਸਟਰੀਜ਼ ਹੈ ਠੀਕ ਹੈ ਜਿਹੜੇ ਡਿਪਾਰਟਮੈਂਟ ਹੈ ਗਵਰਨਮੈਂਟ ਡਿਪਾਰਟਮੈਂਟ ਹੈ ਉਹ ਕਿਹੜੇ ਕਿਹੜੇ ਮਿਨਿਸਟਰਸ ਦੇ ਅੰਦਰ ਹੈ ਕਿਹੜੇ 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 ਮਿਨਿਸਟਰਸ ਹੈ ਠੀਕ ਹੈ ਉਹ ਪਤਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਣੇ ਜਿਵੇਂ ਚੀਫ ਮਿਨਿਸਟਰ ਹੈ ਠੀਕ ਹੈ ਫਰਸਟ ਕਿਹੜੇ ਸੀ ਉਹ ਪਤਾਉਣੇ ਚਾਹੀਦੇ ਆ ਤੇ ਪ੍ਰੈਜ਼ੈਂਟ ਕਿਹੜੇ ਨੇ ਮਿਸਟਰ ਅਮਰਿੰਦਰ ਸਿੰਘ ਠੀਕ ਹੈ ਤੇ ਐਵੇਂ ਗਵਰਨਰ ਫਰਸਟ ਕੌਣ ਸੀ ਤੇ ਪ੍ਰੈਜ਼ੈਂਟ ਕਿਹੜੇ ਨੇ ਵੀਪੀ ਸਿੰਘ ਬਦਨੌਰ ਠੀਕ ਹੈ ਇਹਨਾਂ ਦਾ ਨਾਮ ਪਤਾਉਣਾ ਚਾਹੀਦਾ ਤੇ ਇਹਨਾਂ ਦੀ ਰੈਂਕ ਪਤਾਉਣੀ ਚਾਹੀਦੀ ਹੈ ਵੀ ਕਿੰਵੇਂ ਨੰਬਰ ਦੇ ਨੇ ਜਿਵੇਂ 26 ਸੀ ਮੈਂ ਅਮਰਿੰਦਰ ਸਿੰਘ ਜੀ ਆਪਣੇ ਠੀਕ ਹੈ ਨੈਕਸਟ ਆਪਣੇ ਕੋਲ ਹੈ ਕਿ ਕਿਹੜਾ ਇਨਸੈਕਟੀਸਾਈਡ ਹੈ ਜਿਹਨੂੰ ਪੰਜਾਬ ਨੇ ਬੈਨ ਕੀਤਾ ਹੈ ਫਾਰ ਇਗਜ਼ਾਮਪਲ ਐਂਡੋਸਲਫਾਨ ਉਹਨੂੰ ਬੈਨ ਕੀਤਾ ਹੈ ਠੀਕ ਹੈ ਪੰਜਾਬ ਨੇ ਜਾਂ ਫਿਰ ਨੈਕਸਟ ਕੋਈ ਵੀ ਟੈਕਸ ਨਿਊ ਲਾਂਚ ਕੀਤਾ ਹੈ ਜਿਵੇਂ ਡਿਵੈਲਪਮੈਂਟ ਟੈਕਸ ਉਹਨਾਂ ਨੇ ਕਿਹਦੇ ਸੀ ਲਗਾਣਾ ਹੈ ਠੀਕ ਹੈ ਕੋਈ ਵੀ ਪੰਜਾਬ ਗਵਰਨਮੈਂਟ ਨੇ ਕਿਸੇ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਕੋਈ ਐਮਓਯੂ ਸਾਈਨ ਕੀਤਾ ਹੈ ਜਾਂ ਕਿਸੇ ਕੰਟਰੀ ਨਾਲ ਕੀਤਾ ਹੈ ਉਹਦੇ ਬਾਰੇ ਪਤਾਉਣਾ ਚਾਹੀਦਾ ਹੈ ਠੀਕ ਹੈ ਨੈਕਸਟ ਪੁੱਛਦੇ ਆਏ ਕੋਈ ਵੀ ਜਿਵੇਂ ਆਪਣੇ ਕੋਲ ਪੰਜਾਬ ਗਵਰਨਮੈਂਟ ਦੇ ਅਲੱਗ-ਅਲੱਗ ਡਿਪਾਰਟਮੈਂਟ ਹੈ ਜਿਵੇਂ ਇੱਕ ਆਪਣੇ ਕੋਲ ਹੈਗਾ ਪੰਜਾਬ ਕਲਾ પરિਸ਼ਦ ਉਹਦੇ ਚੇਅਰਮੈਨ ਦਾ ਨਾਮ ਪੁੱਛਿਆ ਆ ਸੀ ਠੀਕ ਹੈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਇਨ న్యూਸ ਚ ਸੀ ਤਾਂ ਇਹਦੇ ਬਾਰੇ ਵੀ ਕੁਐਸਚਨ ਆ ਗਿਆ ਸੀ ਪੰਜਾਬ ਵਿਆਸਤੀ ਪ੍ਰਜਾ ਮੰਡਲ ਇਹਨਾਂ ਦੇ ਫਰਸਟ ਪ੍ਰੈਜ਼ੀਡੈਂਟ ਦਾ ਨਾਮ ਪੁੱਛਿਆ ਆ ਸੀ ਤਾਂ ਇਹ ਥੋੜਾ ਬਹੁਤ ਅਗਰ ਪੰਜਾਬ ਦੀ ਜਿਹੜੀ ਆਰਗੇਨਾਈਜੇਸ਼ਨਸ ਹੈ ਅਗਰ ਉਹ ਕੋਈ న్యూਸ ਚ ਆ ਉਹਦੇ ਬਾਰੇ ਵੀ ਦੇਖ ਲਿਆ ਕਰੋ ਠੀਕ ਹੈ ਕਰੰਟ ਦੇ ਵਿੱਚ ਤਾਂ ਬੇਸਿਕ ਇਹ ਚੀਜ਼ਾਂ ਪੁੱਛੀਆਂ ਨੇ ਜਾਂ ਫਿਰ ਕੋਈ ਵੀ ਦੇਖੋ ਇਸ ਤੋਂ ਇਲਾਵਾ ਜੋ-ਜੋ ਮੈਂ ਦੱਸਿਆ ਕੋਈ ਵੀ ਚੀਜ਼ ਚੱਲ ਰਹੀ ਹੈ ਕਰੰਟ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਫਰਸਟ 올 ਵੂਮਨ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੁੱਲਿਆ ਸੀ ਫਗਵਾੜਾ 'ਚ ਜਿੱਥੇ ਸਾਰੀ ਵੂਮਨ ਕੰਮ ਕਰਦੀਆਂ ਨੇ ਠੀਕ ਹੈ ਇਹ ਕੋਈ ਵੀ ਸਕੀਮ ਕੋਈ ਵੀ ਐਪ ਲਾਂਚ ਕੀਤੀ ਹੈ ਪੰਜਾਬ ਗਵਰਨਮੈਂਟ ਨੇ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜੋ ਵੀ ਕਰੰਟ 'ਚ ਚੱਲ ਰਿਹਾ ਹੈ ਠੀਕ ਹੈ ਮੇਨ ਤਾਂ ਇਹ ਹੈ ਤੇ ਬਾਕੀ ਹੋਰ ਕੁਝ ਟੌਪਿਕਸ ਦੇਖਦੇ ਆਂ ਜਿਹੜੇ ਕਿ ਪੁੱਛਦੇ ਨੇ ਇਹ ਦੇਖੋ ਇੱਕ ਤਾਂ ਆਉਂਦੀ ਹੈ ਤਾਪੀ ਪਾਈਪਲਾਈਨ ਹੈ ਨਾ ਉਹਦੇ ਉੱਪਰ ਕੁਐਸਚਨ ਆਉਂਦਾ ਹੈ ਇਹਨੂੰ ਡਿਟੇਲ ਚ ਪੜ੍ਹਨਾ ਹੈ ਇਹਦੇ ਬਾਰੇ ਤੇ ਇੱਕ ਆਪਾਂ ਪੜ੍ਹਨਾ ਹੈ ਇੰਡਸ ਵਾਟਰ ਟ੍ਰੀਟੀ ਬਾਰੇ ਇੰਡਸ ਵਾਟਰ ਟ੍ਰੀਟੀ ਇੱਕ ਦੋ ਵਾਰ ਕੁਐਸਚਨ ਆਏ ਹੋਏ ਹਨ ਇਹਨਾਂ ਦੋਨੋਂ ਉੱਪਰ ਇਹਨੂੰ ਦੇਖ ਲਿਓ ਚੰਗੇ ਤਰ੍ਹਾਂ ਠੀਕ ਹੈ ਜਾਂ ਫਿਰ ਪੰਜਾਬ ਦੇ ਵਿੱਚ ਇਹ ਵੀ ਆਉਂਦਾ ਜਿਵੇਂ ਆਪਣੇ ਕੋਲ ਕੋਈ ਫੇਮਸ ਪਲੇਸ ਹੈ ਠੀਕ ਹੈ ਜਿਵੇਂ ਰੌਕ ਗਾਰਡਨ ਹੈ ਰੌ ਗਾਰਡਨ ਦੀ ਆਰਕੀਟੈਕਟ ਕੌਣ ਹੈ ਉਹਨਾਂ ਬਾਰੇ ਪੁੱਛ ਲਿਆ ਕਿੱਥੋਂ ਦੇ ਰਹਿਣ ਵਾਲੇ ਆ ਠੀਕ ਹੈ ਇੱਕ ਹੋਰ ਟੌਪਿਕ ਇੰਪੋਰਟੈਂਟ ਪੰਜਾਬ ਦੇ ਵਿੱਚ ਹੈ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਠੀਕ ਹੈ ਕਿ ਅਗਰ ਕੋਈ ਸਰਕਾਰ ਕਿਸੇ ਕ੍ਰੌਪ ਦੇ ਲਈ ਐਮ ਐਸ ਪੀ ਅਨਾਉਂਸ ਕਰਦੀ ਹੈ ਤਾਂ ਉਹਦੇ ਉੱਪਰ ਪੁੱਛਦੇ ਹਨ ਜਿਵੇਂ ਆਪਣੇ ਕੋਲ ਪੀ ਸੀ ਐਸ ਦੇ ਵਿੱਚ ਪੁੱਛਿਆ ਸੀ ਕਿ ਵੀਟ ਦੇ ਲਈ ਕੀ ਐਮ ਐਸ ਪੀ ਤਾਂ ਇਹ ਵੀ ਧਿਆਨ ਰੱਖਣਾ ਜਿਹਦੇ ਲਈ ਅਨਾਉਂਸ ਕੀਤੇ ਹੁੰਦੀ ਹੈ ਐਮ ਐਸ ਪੀ ਵੀ ਕੀ ਰੇਟ ਹੈ ਇਹ ਪਤਾਉਣਾ ਚਾਹੀਦਾ ਤੁਹਾਨੂੰ ਠੀਕ ਹੈ ਮੈਂ ਮੈਂ ਤੁਹਾਨੂੰ ਸਾਰਾ ਦੱਸਦਾ ਜੋ ਜੋ ਪੰਜਾਬ ਦੇ ਵਿੱਚ ਪੁੱਛਿਆ ਗਿਆ ਹੈ ਪੰਜਾਬ ਦੇ ਕਰੰਟ ਅਫੇਅਰਜ਼ ਦੇ ਵਿੱਚ ਤਾਂ ਤੁਸੀਂ ਉਹਦੇ ਅਕੋਰਡਿੰਗ ਤਿਆਰੀ ਕਰ ਲਿਓ ਕਿ ਸਟੈਟਿਕ ਪਾਰਟ ਦੇ ਵਿੱਚ ਪੰਜਾਬ ਚ ਕੀ ਕੁਝ ਆਉਂਦਾ ਹੈ ਠੀਕ ਹੈ ਦੇਖੋ ਸਟੈਟਿਕ ਦੇ ਵਿੱਚ ਸਭ ਤੋਂ ਪਹਿਲਾਂ ਲਿਟਰੇਚਰ ਦੀ ਗੱਲ ਕਰੀਏ ਲਿਟਰੇਚਰ ਵਿੱਚ ਵਰਕਸ ਆਉਂਦੇ ਆ ਜਿਵੇਂ ਇੱਕ ਤਾਂ ਵਰਕਸ ਦੇ ਵਿੱਚ ਪੁੱਛਦੇ ਆ ਗੁਰੂ ਜੀ ਬਾਰੇ ਗੁਰੂ ਜੀ ਨੇ ਜਿਹੜੇ ਜਿਹੜੀ ਚੀਜ਼ਾਂ ਲਿਖੀਆਂ ਹੋਈਆਂ ਨੇ ਠੀਕ ਹੈ ਜਿਵੇਂ ਆਨੰਦ ਸਾਈਬ ਹੋ ਗਿਆ ਲਾਵਾ ਹੋਗੀ ਆਸਾ ਦੀਵਾਰ ਹੋਗੀ ਜਿਵੇਂ ਕੁਐਸਚਨ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵਰਸ ਚੱਕ ਕੇ ਉਹਨਾਂ ਨੇ ਜ਼ਫਰਨਾਮਾ ਦੇ ਵਿੱਚ ਪਾਈ ਹੋਈ ਸੀ ਉਹ ਪੁੱਛਿਆ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਜਿਹੜੀ ਵਰਸ ਹੈ ਇਹ ਕਿਹਦੇ ਵਿੱਚੋਂ ਲਈ ਗਈ ਹੈ ਉਹਦਾ ਆਨਸਰ ਸੀ ਜ਼ਫਰਨਾਮਾ ਠੀਕ ਹੈ ਉਸ ਤੋਂ ਬਾਅਦ ਪੋਇਟ ਨੇ ਜਿਵੇਂ ਅਮ੍ਰਿਤਾ ਪ੍ਰੀਤਮ ਜਿਵੇਂ ਕੁਐਸਚਨ ਦਿੱਤਾ ਐਸੀ ਕਿ ਕਾਗਜ਼ ਤੇ ਕਨਵਸ ਕਿਸ ਦੀ ਰਚਨਾ ਹੈ ਅਮ੍ਰਿਤਾ ਪ੍ਰੀਤਮ ਠੀਕ ਹੈ ਅਮੇ ਲੂਨਾ ਕਿਸ ਦੀ ਹੈ ਸ਼ਿਵ ਕੁਮਾਰ ਬਟਾਲਵੀ ਤਾਂ ਜਿਹੜੇ ਮੇਨ ਮੇਨ ਫੇਮਸ ਫੇਮਸ ਪਰਸਨੈਲਿਟੀਆਂ ਆ ਉਹਨਾਂ ਦੇ ਬਾਰੇ ਪਤਾਉਣਾ ਚਾਹੀਦਾ ਹੈ ਤੇ ਗੁਰੂ ਜੀ ਨੇ ਜੋ ਵੀ ਲਿਖਿਆ ਉਹ ਸਾਰੀਆਂ ਚੀਜ਼ਾਂ ਪਤਾਉਣੇ ਚਾਹੀਦੀਆਂ ਠੀਕ ਹੈ ਨੈਕਸਟ ਆਪਣੇ ਕੋਲ ਹੈ ਅਵਾਰਡਸ ਅਵਾਰਡਸ ਕਿ ਕਿਹੜੇ ਰਾਈਟਰ ਨੂੰ ਕਿਹੜੇ ਅਵਾਰਡ ਮਿਲੇ ਆ ਜਿਵੇਂ ਜਨਪਤ ਅਵਾਰਡ ਹੋ ਗਿਆ ਸਾਹਿਤ ਅਕੈਡਮੀ ਅਵਾਰਡ ਹੋ ਗਿਆ ਕਿਹੜੇ-ਕਿਹੜੇ ਪੰਜਾਬੀ ਰਾਈਟਰਸ ਨੂੰ ਇਹ ਅਵਾਰਡਸ ਮਿਲ ਚੁੱਕੇ ਆ ਇਹਨਾਂ ਬਾਰੇ ਪਤਾਉਣਾ ਚਾਹੀਦਾ ਬਹੁਤ ਇੰਪੋਰਟੈਂਟ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ 3rd ਪੁੱਛਦੇ ਆ ਤਖਤ ਜਿਹੜੇ ਆਪਣੇ ਕੋਲ ਤਖਤ ਹੈ ਉਹਨਾਂ ਦੀ ਪਲੇਸ ਟੈਕਸ ਆਫ ਸਿੱਖੀਜ਼ਮ ਹੈ ਉਹਨਾਂ ਦੀ ਪਲੇਸ ਪੁੱਛਦੇ ਆ ਵੀ ਕਿੰਨੇ ਪੰਜਾਬ ਚ ਨੇ ਠੀਕ ਹੈ ਐਵੇਂ ਪੁੱਛ ਲਣਗੇ ਉਤੋਂ ਬਾਅਦ ਨੈਕਸਟ ਆਪਣੇ ਕੋਲ ਲੈਂਗੁਏਜ ਉੱਪਰ ਆਉਂਦੇ ਆ ਪੰਜਾਬੀ ਲੈਂਗੁਏਜ ਉੱਪਰ ਕਿ ਪੰਜਾਬੀ ਨੂੰ ਜਿਵੇਂ ਪੰਜਾਬ ਹੈ ਪੰਜਾਬ ਦਾ 올ਡ ਨੇਮ ਕੀ ਸੀ ਇਹ ਆਪਣੀ ਪੰਜਾਬੀ ਲੈਂਗੁਏਜ ਪੰਜਾਬ ਦੇ ਵਿੱਚ ਕਦੋਂ ਆਫੀਸ਼ੀਅਲ ਸਟੇਟਸ ਮਿਲਿਆ ਇਹਨੂੰ ਠੀਕ ਹੈ ਇਹ ਕਿਹੜੀ ਲੈਂਗੁਏਜ ਕਿਹੜੀ ਲੈਂਗੁਏਜ ਸਕਸੈਸਫੁਲ ਲੈਂਗੁਏਜ ਹੈ ਐਮੇ ਇਹ ਰਿਆ ਚੀਜ਼ਾਂ ਉਤੋਂ ਬਾਅਦ ਨੈਕਸਟ ਆਪਣੇ ਕੋਲ ਮੋਨਿਊਮੈਂਟਸ ਉੱਪਰ ਲੈਂਗੁਏਜ ਹੋ ਗਿਆ ਮੋਨੂਮੈਂਟਸ ਉੱਪਰ ਕੀ ਪੁੱਛਦੇ ਐ ਕਿ ਜਿਵੇਂ ਮੇਨ ਪੁੱਛਿਆ ਇਹਨਾਂ ਨੇ ਸਿੱਖ ਹੈਰੀਟੇਜ ਕੰਪਲੈਕਸ ਉੱਪਰ ਵਿਰਾਸਤ ਐ ਖਾਲਸਾ ਉੱਪਰ ਕਿ ਕਿਹਨੇ ਬਣਾਇਆ ਹੋਇਆ ਐ ਕਿੱਥੇ ਐ ਠੀਕ ਐ ਇਹ ਚੀਜ਼ਾਂ ਪਤਾਉਨੀਆਂ ਚਾਹੀਦੀਆਂ ਨੇ ਬੇਸਿਕਲੀ ਮੋਨੂਮੈਂਟਸ ਐ ਇੱਕ ਤਾਂ ਪਲੇਸ ਪਤਾਉਣਾ ਚਾਹੀਦਾ ਇੱਕ ਪਤਾਉਣਾ ਚਾਹੀਦਾ ਕਿ ਕਾਦੇ ਲਈ ਫੇਮਸ ਐ ਤੇ ਕਿਤੇ ਕਿਤੇ ਇਹਨਾਂ ਦੇ ਵੀ ਪਤਾਉਣਾ ਚਾਹੀਦਾ ਵੀ ਕਿਸਨੇ ਬਣਵਾਇਆ ਹੋਇਆ ਠੀਕ ਐ ਉਸ ਤੋਂ ਬਾਅਦ ਆਪਣੇ ਕੋਲ ਜਿਵੇਂ ਪੁੱਛ ਲੈਂਦੇ ਆ ਪਾਇਨੀਅਰ ਆਫ ਪੰਜਾਬੀ ਲਿਟਰੇਚਰ ਸ਼ੇਖ ਫਰੀਦ ਮਾਡਰਨ ਲਿਟਰੇਚਰ ਦੇ ਕੌਣ ਐ ਐਵੇਂ ਐਵੇਂ ਛੋਟੇ ਛੋਟੇ ਪੁਆਇੰਟਸ ਤੁਹਾਨੂੰ ਪਤਾਉਣੇ ਚਾਹੀਦੇ ਹਨ ਠੀਕ ਹੈ ਉਤੋਂ ਬਾਅਦ ਨੈਕਸਟ ਆਪਣੇ ਕੋਲ ਮਿਊਜ਼ੀਕਲ ਇਨਸਟਰੂਮੈਂਟ ਮਿਊਜ਼ੀਕਲ ਇਨਸਟਰੂਮੈਂਟ ਬਾਰੇ ਪਤਾਉਣਾ ਚਾਹੀਦਾ ਜਿਵੇਂ ਅਲਗੋਜ਼ਾ ਦਾ ਤਾਂ ਦੋ ਤਿੰਨ ਪੇਪਰਾਂ ਦੇ ਵਿੱਚ ਦੇਖਿਆ ਗਤਕਾ ਵੀ ਆਇਆ ਹੋਇਆ ਹੈ ਠੀਕ ਹੈ ਉਤੋਂ ਬਾਅਦ ਡਾਂਸ ਫਾਰਮਸ ਕਿਹੜੀਆਂ men ਕਰਦੇ ਆ ਕਿਹੜੇ women ਕਰਦੇ ਆ ਕਿਹੜੇ ਦੋਨਾਂ ਦਾ ਇਕੱਠਾ ਹੁੰਦਾ ਹੈ ਇਹ ਪਤਾਉਣਾ ਚਾਹੀਦਾ ਹੈ ਉਤੋਂ ਬਾਅਦ ਆਪਣੇ ਕੋਲ ਫੇਮਸ ਫੇਅਰਸ ਕਿਹੜੇ-ਕਿਹੜੇ ਲੱਗਦੇ ਆ ਠੀਕ ਹੈ ਫੇਮਸ ਫੇਅਰਸ ਇਹਦੇ ਬਾਰੇ ਪਤਾਉਣਾ ਚਾਹੀਦਾ ਪੰਜਾਬ 'ਚ ਕਿ ਕਿਹੜੇ ਟੈਂਪ ਫੇਅਰ ਲੱਗਦਾ ਟੈਂਪਲਸ ਚ ਵੀ ਲੱਗਦੇ ਆ ਤੇ ਕੁਝ ਪਲੇਸਿਸ ਤੇ ਵੀ ਲੱਗਦੇ ਆ ਉਹ ਫੇਅਰਸ ਅੱਛੀ ਤਰ੍ਹਾਂ ਕਾ ਲਿਓ ਠੀਕ ਹੈ ਇਹ ਬੇਸਿਕਲੀ ਕਰਨਾ ਤੁਸੀਂ ਲਿਟਰੇਚਰ ਦੇ ਵਿੱਚ ਹੁਣ ਨੈਕਸਟ ਆਪਾਂ ਦੇਖਦੇ ਆ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਕੀ ਪੜ੍ਹਨਾ ਹੈ ਠੀਕ ਹੈ ਦੇਖੋ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਹੁੰਦੀ ਹੈ ਜਿੰਨੇ ਵੀ ਗੁਰੂਸ ਐ ਆਪਣੇ 10 ਗੁਰੂਸ ਐ ਉਹਨਾਂ ਬਾਰੇ ਸਾਰਾ ਕੁਝ ਪਤਾਉਣਾ ਚਾਹੀਦਾ ਹੈ ਠੀਕ ਹੈ ਕਿ ਉਹਨਾਂ ਨੇ ਕੀ ਕੀ ਚੀਜ਼ਾਂ ਕੀਤੀਆਂ ਆਪਣੇ ਟਾਈਮ ਦੇ ਵਿੱਚ ਠੀਕ ਹੈ ਉਹਨਾਂ ਦੀਆਂ ਰਚਨਾਵਾਂ ਮੈਂ ਤੁਹਾਨੂੰ ਉੱਪਰ ਲਿਟਰੇਚਰ 'ਚ ਦੱਸ ਚੁੱਕੀ ਆ ਉਹਨਾਂ ਨੇ ਕਿਹੜਾ ਕਿਹੜੇ ਗੁਰੂ ਜੀ ਨੇ ਕਿਹੜਾ ਕਿਹੜਾ ਕਨਸੈਪਟ ਲੈ ਕੇ ਆਏ ਠੀਕ ਹੈ ਜਿਵੇਂ ਸੁਖਮਨੀ ਹੋ ਗਿਆ ਆਦੀ ਗ੍ਰੰਥ ਹੋ ਗਿਆ ਇਹਨਾਂ ਮੀਰੀ ਪੀਰੀ ਦਾ ਕਨਸੈਪਟ ਹੋ ਗਿਆ ਮਤਲਬ ਗੁਰੂ ਜੀ ਨੇ ਜਿਹੜੇ ਜਿਹੜੇ ਕੰਮ ਕੀਤੇ ਬਹੁਤ ਇੰਪੋਰਟੈਂਟ ਹੈ ਉਹਨਾਂ ਨੇ ਕਿਹੜੀ ਕਿਹੜੀ ਸਿਟੀਆਂ ਬਸਾਈਆਂ ਠੀਕ ਹੈ ਉਹ ਸਭ ਦੇਖਨੇ ਤੇ ਇੱਕ ਕੁਐਸਚਨ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਉਹਨਾਂ ਵਿੱਚ ਕਿਹੜੇ ਕਿਹੜੇ ਗੁਰੂ ਜੀ ਬਾਰੇ ਮੈਂਸ਼ਨ ਹੈ ਠੀਕ ਹੈ ਉਤਤਵਾਰ ਨੈਕਸਟ ਇੱਕ ਹੋ ਗਿਆ ਆਪਣਾ ਗੁਰੂਸ ਬਾਰੇ ਤੁਸੀਂ ਸਾਰਾ ਦੇਖਣਾ ਹੈ ਠੀਕ ਹੈ ਨੈਕਸਟ ਆਪਣੇ ਕੋਲ ਹੈ ਜਿਵੇਂ ਹੁਣ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹਨਾਂ ਤਿੰਨਾਂ ਦੀਆਂ ਫੇਮਸ ਬੈਟਲਸ ਬਾਰੇ ਦੇਖਣਾ ਬਹੁਤ ਇੰਪੋਰਟੈਂਟ ਹੈ ਤੇ ਇਹਨਾਂ ਨੂੰ ਡਿਟੇਲ ਚ ਪੜ੍ਹਨਾ ਬੰਦਾ ਸਿੰਘ ਬਹਾਦਰ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂਕਿ ਇਹਨਾਂ ਉੱਪਰ ਬਹੁਤ ਕੁਐਸਚਨਸ ਆਏ ਹੋਏ ਆ ਠੀਕ ਹੈ ਨਾ ਬਾਰੇ ਸਾਰਾ ਪਤਾਉਣਾ ਚਾਹੀਦਾ ਵੀ ਇਹਨਾਂ ਦਾ ਪਹਿਲਾ ਨਾਮ ਕੀ ਸੀ ਇਹਨਾਂ ਨੇ ਕੀ ਕੀ ਕੀਤਾ ਆਪਣੇ ਲਾਈਫਟਾਈਮ ਦੇ ਵਿੱਚ ਉਹ ਸਾਰੀ ਪਤਾਉਣੀ ਚਾਹੀਦੀਆਂ ਚੀਜ਼ਾਂ ਉਸ ਤੋਂ ਬਾਅਦ ਥਰਡ ਆਪਣੇ ਕੋਲ ਗੱਲ ਆਉਂਦੀ ਹੈ ਮਿਸਲਸੀ ਠੀਕ ਹੈ ਕਿ ਕਿਹੜੀ ਕਿਹੜੀ ਮਿਸਲਸ ਆ ਉਹਨਾਂ ਦੇ ਫਾਊਂਡਰ ਕੌਣ ਹੈ ਉਹ ਪਤਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਨੇ ਕਿਹੜੇ ਕਿਹੜੇ ਲੀਡਰਸ ਪੰਜਾਬ ਦੇ ਮਸ਼ਹੂਰ ਜਿਹੜੇ ਲੀਡਰਸ ਆ ਭਗਤ ਸਿੰਘ ਹੋਗੇ ਠੀਕ ਹੈ ਲਾਲਾ ਲਾਜਪਤ ਰਾਏ ਹੋਗੇ ਸੁਖਦੇਵ ਉਹਨਾਂ ਬਾਰੇ ਤੁਸੀਂ ਸਾਰਾ ਕੁਝ ਦੇਖਣਾ ਹੈ ਉਹ ਵੀ ਇੰਪੋਰਟੈਂਟ ਚੀਜ਼ਾਂ ਨੇ ਉਸ ਤੋਂ ਬਾਅਦ ਨੈਕਸਟ ਹੈ ਪੈਪਸੂ ਬਾਰੇ ਠੀਕ ਹੈ ਪੈਪਸੂ ਕੀ ਪੈਪਸੂ ਦੀ ਫਾਰਮੇਸ਼ਨ ਕਦੋਂ ਹੋਈ ਕਦੋਂ ਇਹ ਪੰਜਾਬ ਦੇ ਵਿੱਚ ਮਰਜ ਹੋਇਆ ਇਹਦੇ ਵਿੱਚ ਕਿਹੜੀ ਕਿਹੜੀ ਸਟੇਟਸ ਆਉਂਦੀਆਂ ਨੇ ਇਹ ਸਭ ਚੀਜ਼ਾਂ ਦੇਖਣੀਆਂ ਨੇ ਉਦੋਂ ਬਾਅਦ ਨੈਕਸਟ ਵਾਰਡਸ ਜਿਹੜੇ ਐਂਗਲੋ ਸਿਕ ਵਾਰਡਸ ਆ ਉਹ ਇੱਥੇ ਹੀ ਕਵਰ ਹੋ ਗਈਆਂ ਠੀਕ ਹੈ ਐਂਗਲੋ ਸਿਕ ਵਾਰਡਸ ਹੋ ਗਿਆ ਕਿਹੜੇ ਕਿਹੜੀ ਟ੍ਰੀਟੀਆਂ ਐ ਜਿਵੇਂ ਫੇਮਸ ਹੈ ਲਾਹੌਰ ਟ੍ਰੀਟੀ ਅੰਮ੍ਰਿਤਸਰ ਦੀ ਟ੍ਰੀਟੀ ਠੀਕ ਹੈ ਇਹ ਦੇਖਣਾ ਹੈ ਉਸ ਤੋਂ ਬਾਅਦ ਦੇਖੋ ਹਿਸਟਰੀ ਦੇ ਵਿੱਚ ਹੋਰ ਮੈਂ ਤੁਹਾਨੂੰ ਲਿਖਵਾ ਦਿੰਨੀ ਆ ਵੀ ਕਿਹੜੀ ਕਿਹੜੀ ਚੀਜ਼ਾਂ ਦੇ ਬਾਰੇ ਤਾਂ ਜ਼ਰੂਰ ਦੇਖਣਾ ਹੈ ਕੁਝ ਫੇਮਸ ਮੂਵਮੈਂਟਸ ਐ ਇਨਸੀਡੈਂਟਸ ਐ ਜਿਵੇਂ ਆਪਣੇ ਕੋਲ ਹੋ ਗਿਆ ਜਲੀਆਂ ਵਾਲਾ ਬਾਗ ਜਲੀਆਂ ਵਾਲਾ ਬਾਗ ਇਹਦੇ ਬਾਰੇ ਪੂਰਾ ਡਿਟੇਲ ਚ ਦੇਖਣਾ ਕਦੋਂ ਹੋਇਆ ਕਿਉਂ ਹੋਇਆ ਠੀਕ ਹੈ ਕੀ ਕੀ ਤੋਂ ਬਾਅਦ ਹੋਇਆ ਉਸ ਤੋਂ ਬਾਅਦ ਆਪਣੇ ਕੋਲ ਹੈ ਜੈਤੋ ਮੋਰਚਾ ਕਿ ਕਿਉਂ ਚਲਾਇਆ ਗਿਆ ਸੀ ਇਹਦੇ ਉੱਪਰ ਕੁਐਸਚਨ ਆਇਆ ਹੋਇਆ ਹੈ ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਦਲ ਖਾਲਸਾ ਕੀ ਹੈ ਨਾਮਧਾਰੀ ਮੂਵਮੈਂਟ ਕੁੱਕਾ ਮੂਵਮੈਂਟ ਕੋਮਾਗਾਟਾ ਮਾਰੂ ਇਨਸੀਡੈਂਟ ਇਹ ਸਾਰੇ ਲਿਖਦੇ ਰਹੋ ਨਾਲ-ਨਾਲ ਠੀਕ ਹੈ ਮੈਂ ਤੁਹਾਨੂੰ ਬੋਲ ਕੇ ਲਿਖਵਾ ਰਹੀ ਹਾਂ ਕੋਮਾਗਾਟਾ ਮਾਰੂ ਹੋ ਗਿਆ ਨਾਮਧਾਰੀ ਮੂਵਮੈਂਟ ਨਿਰੰਕਾਰੀ ਰਾਧਾ ਸਵਾਮੀ ਆਰਿਆਸ ਸਮਾਜ ਇਹਨਾਂ ਦੇ ਫਾਊਂਡਰਸ ਬਾਰੇ ਪਤਾਉਣਾ ਚਾਹੀਦਾ ਤੁਹਾਨੂੰ ਉਤਤ ਬਾਦ ਅਕਾਲੀ ਮੂਵਮੈਂਟ ਪੀਜ਼ਨ ਮੂਵਮੈਂਟ ਛੋਟਾ ਕੱਲੂ ਕਾ ਰਾ ਵੱਡਾ ਕੱਲੂ ਕਾ ਰਾ ਇਹਦਾ ਮੈਮੋਰੀਅਲ ਕਿੱਥੇ ਹੈ ਕਿੱਥੇ ਹੋਇਆ ਸੀ ਕਦੋਂ ਕਦੋਂ ਹੋਇਆ ਸੀ ਕਿੱਥੇ ਹੋਏ ਸੀ ਇਹ ਇਨਸੀਡੈਂਟ ਠੀਕ ਹੈ ਤੇ ਕਿਉਂ ਹੋਏ ਸੀ ਕਿਹਨੇ ਕਰਵਾਏ ਸੀ ਇਹ ਸਭ ਪਤਾਉਣਾ ਚਾਹੀਦਾ ਹੈ ਉਤਤ ਬਾਦ ਖਾਲਸਾ ਪੰਥ ਦੀ ਨੀਵ ਕਦੋਂ ਰੱਖੀ ਗਈ ਇਹ ਪਤਾਉਣਾ ਚਾਹੀਦਾ ਹੁਣ ਜਿਹੜੇ ਵੀ ਮੈਂ ਮੂਵਮੈਂਟਸ ਬਾਰੇ ਬੋਲੇ ਹੈ ਕਿ ਕਰਦੇ ਕਰੋਨੋਲੋਜੀਕਲ ਆਰਡਰ ਪੁੱਛ ਲੈਂਦੇ ਕਿ ਕਿਹੜੀ ਚੀਜ਼ ਪਹਿਲਾਂ ਹੋਈ ਕਿਹੜੀ ਚੀਜ਼ ਬਾਅਦ ਵਿੱਚ ਹੋਈ ਤਾਂ ਤੁਸੀਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਿਓ ਵੀਡੀਓ ਨੂੰ ਦੁਬਾਰਾ ਉਦੋਂ ਬਾਅਦ ਦੇਖੋ ਇਹ ਹੀ ਹੋ ਗਿਆ ਆਪਣਾ ਹਿਸਟਰੀ ਦਾ ਠੀਕ ਹੈ ਹਿਸਟਰੀ ਹੋ ਗਈ ਹੁਣ ਨੈਕਸਟ ਆਪਾਂ ਦੇਖਦੇ ਆਂ ਪੰਜਾਬ ਦੀ ਪੋਲੀਟੀ ਦੇ ਵਿੱਚ ਕੀ ਪੜ੍ਹਨਾ ਹੈ ਦੇਖੋ ਮੈਂ ਤੁਹਾਨੂੰ ਦੱਸਤਾ ਪਹਿਲਾਂ ਤਾਂ ਕਿ ਜਿਹੜੇ ਮਿਨਿਸਟਰਸ ਐ ਉਹਨਾਂ ਦੇ ਕਿਹੜੇ ਕਿਹੜੇ ਡਿਪਾਰਟਮੈਂਟ ਐ ਇਹ ਪੜ੍ਹਨਾ ਹੈ ਪਹਿਲੀ ਗੱਲ ਠੀਕ ਹੈ ਹੁਣ ਪੰਜਾਬ ਦਾ ਤੁਸੀਂ ਸਾਰਾ ਬੇਸਿਕ ਪੜ੍ਹਨਾ ਹੈ ਕਿ ਕਿੰਨੀਆਂ ਤਹਿਸੀਲਾਂ ਐ ਕਿੰਨੇ ਬਲਾਕਸ ਐ ਠੀਕ ਹੈ ਆਟੋਮਨਸ ਰੀਜਨ ਕਿ ਉਹਨੂੰ ਬੋਲਦੇ ਆਂ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਜਿਹੜੇ ਪੰਜਾਬ ਦੇ ਵਿੱਚ ਸੀਐਮ ਰਹੇ ਆ ਉਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਦੇਖਣਾ ਹੈ ਠੀਕ ਹੈ ਪੰਜਾਬ ਦੇ ਜਿਹੜੇ ਆਪਣੀਆਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕਿੰਨੀਆਂ ਸੀਟਸ ਹੈ ਇਹਦੇ ਬਾਰੇ ਪਤਾਉਣਾ ਚਾਹੀਦਾ ਹੈ ਠੀਕ ਹੈ ਨੰਬਰ ਆਫ ਮਨਿਸਟਰਸ ਕਿੰਨੇ ਆ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਣਗੇ ਆਪਣੀਆਂ ਪੰਜਾਬ ਦੇ ਆ ਠੀਕ ਹੈ ਉਤੋਂ ਬਾਅਦ ਨੈਕਸਟ ਹੁਣ ਆਪਾਂ ਦੇਖਦੇ ਆ ਮੈਂ ਇੱਥੇ ਲਿਖ ਵੀ ਦਿੰਦੀ ਆ ਮਨਿਸਟਰਸ ਬਾਰੇ ਦੇਖਣਾ ਮੇਨ ਤਾਂ ਠੀਕ ਹੈ ਬੇਸਿਕ ਐਡਮਿਨਿਸਟ੍ਰੇਸ਼ਨ ਦੇਖਣੀ ਆ ਪੰਜਾਬ ਦੀ ਉਤੋਂ ਬਾਅਦ ਆਪਣੀ ਸੀਟਸ ਅਲੱਗ-ਅਲੱਗ ਕੁਝ ਕਿੰਨਿਆਂ ਨੇ ਜਿਵੇਂ ਲੋਕ ਸਭਾ ਰਾਜ ਸਭਾ ਲੈਜਿਸਲੇਟਿਵ ਅਸੈਂਬਲੀ ਉਹ ਦੇਖ ਲਿਓ ਸਾਰਾ ਕੁਝ ਠੀਕ ਹੈ ਤੇ ਨੈਕਸਟ ਹੁਣ ਆਪਾਂ ਦੇਖਦੇ ਹਾਂ ਜੀਓਗ੍ਰਾਫੀ ਦਾ ਦੇਖੋ ਜੀਓਗ੍ਰਾਫੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਲੋਕੇਸ਼ਨ ਦੇਖਣੀ ਹੈ ਵੀ ਕਿੱਥੇ ਹੈ ਕਿਹੜੀ ਸਟੇਟ ਹੈ ਆਪਣੀ ਨੀਬਰਿੰਗ ਸਟੇਟ ਕਿੰਨੀਆਂ ਸਟੇਟਸ ਟੱਚ ਕਰਦੀਆਂ ਨੇ ਕਿਹੜੀ-ਕਿਹੜੀ ਕਰਦੀ ਹੈ ਕਿਹੜੀ-ਕਿਹੜੀ ਆਪਣੇ ਪੰਜਾਬ ਦੇ ਵਿੱਚ ਰਿਵਰਸ ਫਲੋ ਕਰਦੀ ਹੈ ਹੁਣ ਰਿਵਰਸ ਆ ਬਹੁਤ ਇੰਪੋਰਟੈਂਟ ਹੈ ਇੱਕ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਰਿਵਰਸ ਉੱਪਰ ਠੀਕ ਹੈ ਕਿ ਜਿਹੜਾ ਰਿਵਰਸ ਉਹਨਾਂ ਦਾ ਪਹਿਲਾ ਨਾਮ ਕੀ ਹੁੰਦਾ ਸੀ ਇਦੇ ਉੱਪਰ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਹੁਣ ਕੀ ਨਾਮ ਹੈ ਪਹਿਲਾਂ ਕੀ ਹੁੰਦਾ ਸੀ ਕਿਹੜੀ ਕਿਹੜੀ ਰਿਵਰਸ ਆਪਣੇ ਪੰਜਾਬ ਚੋ ਫਲੋ ਕਰਦੀਆਂ ਨੇ ਉਸ ਤੋਂ ਬਾਅਦ ਲੋਕੇਸ਼ਨ ਤਾਂ ਪਤਾ ਹੋਣੀ ਚਾਹੀਦੀ ਹੈ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੇ ਕੋਲ ਸਿਟੀਜ਼ ਐ ਉਹਨਾਂ ਦੀ ਲੋਕੇਸ਼ਨ ਵੀ ਪਤਾ ਹੋਣੀ ਚਾਹੀਦੀ ਹੈ ਜਿਹੜੀ ਡਿਸਟ੍ਰਿਕਟਸ ਕਹ ਲਓ ਸਿਟੀਜ਼ ਦੀ ਡਿਸਟ੍ਰਿਕਟਸ ਐ ਉਹਨਾਂ ਦੇ ਵੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਹੈ ਜਿਵੇਂ ਡਿਸਟ੍ਰਿਕਟਸ ਨੂੰ ਬੋਲ ਦਿੰਦੇ ਐ ਕਿ ਈਸਟ ਟੂ ਵੈਸਟ ਲਗਾਓ ਵੈਸਟ ਟੂ ਈਸਟ ਲਗਾਓ ਨੌਰਥ ਟੂ ਸਾਊਥ ਲਗਾਓ ਸਾਊਥ ਟੂ ਨੌਰਥ ਲਗਾਓ ਇਹ ਕੁਐਸਚਨ ਬਹੁਤ ਪੇਪਰਾਂ ਚ ਆਇਆ ਹੋਇਆ ਹੈ ਇਸ ਲਈ ਇੱਕ ਮ ਪੰਜਾਬ ਦਾ ਤੇ ਡਿਸਟ੍ਰਿਕਟਸ ਨੂੰ ਰੋਜ਼ ਰਿਵਾਈਜ਼ ਕਰੋ ਠੀਕ ਹੈ ਡਿਸਟ੍ਰਿਕਟਸ ਹੋ ਗਿਆ ਉਸ ਤੋਂ ਬਾਅਦ ਰਿਵਰਸ ਬਾਰੇ ਪਤਾਉਣਾ ਚਾਹੀਦਾ ਕਿਹੜੀ ਕਿਹੜੀ ਰਿਵਰ ਹੈ ਉਹ ਰਿਵਰ ਦੇ ਉੱਪਰ ਤੁਹਾਨੂੰ ਇਹ ਪਤਾਉਣਾ ਚਾਹੀਦਾ ਕਿਹੜਾ ਡੈਮ ਬਣਿਆ ਹੋਇਆ ਹੈ ਠੀਕ ਹੈ ਉਹਦਾ 올ਡ ਨੇਮ ਦੇਖੋ ਰਿਵਰ ਬਾਰੇ ਕੀ ਪਤਾਉਣਾ ਚਾਹੀਦਾ ਉਹਦਾ 올ਡ ਨੇਮ ਕੀ ਸੀ ਕਿਹੜਾ ਡੈਮ ਹੈ ਜਿਹੜਾ ਉਹਦੇ ਉੱਪਰ ਬਣਿਆ ਹੋਇਆ ਹੈ ਉਹਦੇ ਰਿਲੇਟਿਡ ਕੋਈ ਵੀ ਇੰਪੋਰਟੈਂਟ ਚੀਜ਼ ਠੀਕ ਹੈ ਉਹ ਸਾਰਾ ਕੁਝ ਦੇਖਣਾ ਹੈ ਉਦੋਂ ਬਾਅਦ ਨੈਕਸਟ ਹੈ ਪੰਜਾਬ ਦੇ ਐਗਰੋਕਲਾਈਮੈਟਿਕ ਰੀਜਨਸ ਇਹਦੇ ਉੱਪਰ ਵੀ 2-3 ਜਗ੍ਹਾ ਕੁਐਸਚਨ ਆਇਆ ਹੈ ਪੰਜਾਬ ਦੇ ਐਗਰੋਕਲਾਈਮੈਟਿਕ ਰੀਜਨਸ ਜਾਂ ਜ਼ੋਨ ਬੋਲੋ ਐਗਰੋਕਲਾਈਮੈਟਿਕ ਜ਼ੋਨ ਠੀਕ ਹੈ ਜਿਵੇਂ ਆਪਣੇ ਕੋਲ ਕਾਂਡੀ ਏਰੀਆ ਉੱਪਰ ਆਇਆ ਸੀ ਕੁਐਸਚਨ ਕਿ ਏਰੀਆ ਦੇ ਬਾਰੇ ਦੱਸੋ ਕਿੱਥੇ ਹੈ ਇਹਦੀ ਸਪੈਸੀਫਿਕੇਸ਼ਨ ਦੱਸੋ ਕੈਰੈਕਟ੍ਰਿਸਟਿਕਸ ਦੱਸੋ ਠੀਕ ਹੈ ਸੈਂਟਰਲ ਪਲੇਨ ਜ਼ੋਨ ਜਿਵੇਂ ਜਲੰਧਰ ਨੂੰ ਬੋਲਦੇ ਆਂ ਵੈਸਟਰਨ ਜ਼ੋਨ ਮੋਗਾ ਨੂੰ ਬੋਲਦੇ ਆਂ ਐਵੇਂ ਦੀਆਂ ਚੀਜ਼ਾਂ ਆ ਉਦੋਂ ਬਾਅਦ ਰੀਵਰਸ ਉੱਪਰ ਆਪਣੇ ਡੈਮ ਦੇ ਬਾਰੇ ਦੱਸਤਾ ਮੈਂ ਤੁਹਾਨੂੰ ਠੀਕ ਹੈ ਕਨਾਲਸ ਬਾਰੇ ਦੇਖ ਲਿਓ ਕਿ ਕਿਹੜੀ ਕਿਹੜੀ ਕਨਾਲ ਹੈ ਜਿਵੇਂ ਸਰਹੰਦ ਕਨਾਲ ਸਤਲੁਜ ਦੇ ਉੱਪਰ ਹੈ ਉਸ ਤੋਂ ਬਾਅਦ ਨੈਕਸਟ ਆਪਣੇ ਹੁੰਦੇ ਆ ਵੈਟਲੈਂਡਸ ਇਹ ਮੈਂ ਤੁਹਾਨੂੰ এনਵਾਇਰਨਮੈਂਟ ਦੀ ਵੀਡੀਓ ਦੇ ਵਿੱਚ ਕਵਰ ਕਰਾਇਆ ਹੋਇਆ ਹੈ ਉੱਥੇ ਦੱਸੂ ਮੈਂ ਵੈਟਲੈਂਡਸ ਬਾਰੇ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਪੰਜਾਬ ਦਾ ਲੌਂਗੀਟਿਊਡਰ ਤੇ ਲੈਟੀਟਿਊਡਨਲ ਐਕਸਟੈਂਡ ਕਿੰਨਾ ਹੈ ਠੀਕ ਹੈ ਉਹ ਦੇਖਣਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਜਿਹੜਾ ਜੀਓਗ੍ਰਾਫੀ ਆ ਉਹਦੇ ਵਿੱਚ ਤੇ ਹੀ ਕੁਝ ਚੀਜ਼ਾਂ ਆ ਕਿ ਰਿਵਰਸ ਬਾਰੇ ਦੱਸੋ ਲੋਕੇਸ਼ਨ ਪੰਜਾਬ ਦੀ ਦੇਖ ਲਈ ਠੀਕ ਹੈ ਕਿਹੜੀ ਕਿਹੜੀ ਹਾਂ ਇਹ ਕੇ ਚੀਜ਼ ਵੀ ਦੇਖਣੀ ਕਿ ਕਿਹੜੇ ਡਿਸਟ੍ਰਿਕਟ ਤੋਂ ਕਿਹੜੀ ਰਿਵਰ ਫਲੋ ਕਰਦੀ ਹੈ ਪੰਜਾਬ ਨੂੰ ਆਪਾਂ ਨੇ ਕਿਵੇਂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਠੀਕ ਹੈ ਮਾਝਾ ਏਰੀਆ ਚ ਕਿਹੜਾ ਹੁੰਦਾ ਦੁਆਬਾ ਏਰੀਆ ਚ ਕਿਹੜੇ ਰੀਜਨਸ ਆਉਂਦੇ ਆ ਇਹ ਸਭ ਚੀਜ਼ਾਂ ਦੇਖਣੀਆਂ ਨੇ ਇਹ ਹੋ ਗਿਆ ਪੰਜਾਬ ਦੀ ਜੀਓਗ੍ਰਾਫੀ ਤੇ ਗੱਲ ਨੈਕਸਟ ਹੁਣ ਆਪਾਂ ਕਰਦੇ ਆ ਪੰਜਾਬ ਦੇ ਵਿੱਚ ਇਕਨੋਮਿਕਸ ਉੱਪਰ ਕੈਸੇ ਕੁਐਸਚਨ ਆਉਂਦੇ ਆ ਦੇਖੋ ਇਕਨੋਮਿਕਸ ਦੇ ਵਿੱਚ ਪੁੱਛ ਲਣਗੇ ਉਹ ਜਿਵੇਂ ਯੋਜਨਾਵਾਂ ਬਾਰੇ ਪੁੱਛ ਸਕਦੇ ਆ ਠੀਕ ਹੈ ਪੰਜਾਬ ਦੀ ਜਿਹੜੀ ਲੀਸਟ ਗ੍ਰੋਥ ਹੈ এমਪਲੋਇਮੈਂਟ ਸੈਕਟਰ ਚ ਉਹ ਕਿਹੜੇ ਸੈਕਟਰ ਚ ਹੈ ਪ੍ਰਾਇਮਰੀ ਸੈਕਟਰ ਚ ਐਵੇਂ ਦੇ ਕੁਐਸਚਨ ਆਏ ਹੋਏ ਆ ਉਹ ਤੋਂ ਬਾਅਦ ਇੱਕ ਹੋਰ ਗੱਲ ਕੀ ਦੇਖਣੀ ਹੈ ਕਿ ਜਿਹੜੀ ਪੰਜਾਬ ਦੀ ਡਿਫਰੈਂਟ ਡਿਫਰੈਂਟ ਸਿਟੀਆਂ ਆ ਉਹ ਕਾਦੇ ਲਈ ਫੇਮਸ ਹੈ ਠੀਕ ਹੈ ਜਿਵੇਂ ਕਰਤਾਰਪੁਰ ਫੇਮਸ ਹੈ ਫਰਨੀਚਰ ਮਾਰਕੀਟ ਦੇ ਲਈ ਉਹ ਪਤਾਉਣਾ ਚਾਹੀਦਾ ਹੈ ਸਾਇੰਸ ਸਿਟੀ ਕਿੱਥੇ ਹੈ ਐਸੀ ਕਿਹੜੀ ਸਿਟੀ ਹੈ ਜ ਜਿੱਥੇ ਆਪਣੀ ਸਟਾਕ ਮਾਰਕੀਟ ਆ ਪੰਜਾਬ ਦੇ ਜਿਵੇਂ ਲੁਧਿਆਣਾ ਦੇ ਵਿੱਚ ਹੈ ਉਦੋਂ ਬਾਅਦ ਮੈਂਚੈਸਟਰ ਆਫ ਪੰਜਾਬ ਕਿਹਨੂੰ ਬੋਲਦੇ ਆ ਲੁਧਿਆਣਾ ਨੂੰ ਬੋਲਦੇ ਆ ਠੀਕ ਹੈ ਐਵੇਂ ਫੇਮਸ ਫੇਮਸ ਚੀਜ਼ਾਂ ਹਰ ਸਿਟੀ ਬਾਰੇ ਪਤਾਉਣੀਆ ਚਾਹੀਦੀਆਂ ਨੇ ਦੇਖੋ ਪੰਜਾਬ ਦਾ ਵੀ ਆਪਾਂ ਨੇ ਦੇਖ ਲਿਆ ਸਟੈਟਿਕ ਦੇ ਵਿੱਚੋਂ ਕੀ ਕੀ ਚੀਜ਼ਾਂ ਪੜ੍ਹਣੀਆਂ ਤੇ ਕਰੰਟ ਦੇ ਵਿੱਚੋਂ ਕੀ ਕੀ ਪੜ੍ਹਨਾ ਤੁਹਾਨੂੰ ਪੂਰਾ ਆਈਡੀਆ ਲੱਗ ਗਿਆ ਹੋਊਗਾ ਕਿ ਕਿੱਥੋਂ ਕਿੱਥੋਂ ਕੀ ਕੀ ਚੀਜ਼ ਕਵਰ ਕਰਨੀ ਹੈ ਠੀਕ ਹੈ ਕੋਈ ਵੀ ਦਿੱਕਤ ਆਉਂਦੀ ਹੈ ਮੈਂ ਆਪਣੀ ਪਹਿਲੀ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਬਣਾਈ ਸੀ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਚੀਜ਼ਾਂ ਐਕਸਪਲੇਨ ਕੀਤੀਆਂ ਸੀ ਅਦੇ ਵਿੱਚ ਥੋੜਾ ਡਿਟੇਲ ਦੇ ਵਿੱਚ ਦੱਸਿਆ ਪੰਜਾਬ ਨੂੰ ਪੜਨ ਲਈ ਸਭ ਤੋਂ ਬੈਸਟ ਸੋਰਸ ਠੀਕ ਹੈ கரੰਟ ਤਾਂ ਦੇਖੋ ਤੁਹਾਨੂੰ ਤਿਆਰ ਕਰਨਾ ਹੀ ਪਊਗਾ ਪਰ ਜਿੰਨਾ ਵੀ ਸਟੈਟਿਕ ਮੈਂ ਦੱਸਿਆ ਉਹਨੂੰ ਤੁਸੀਂ ਸਾਡਾ ਪੰਜਾਬ ਬੁੱਕ ਚੋਂ ਕਵਰ इजीली ਕਰ ਸਕਦੇ ਹੋ ਸੋ ਪੰਜਾਬ ਦੇ ਲਈ ਇੰਨਾ ਹੀ ਕਰਨਾ ਹੈ ਤੁਸੀਂ ਠੀਕ ਹੈ ਸੋ ਇਹ ਵਾਲੀ ਵੀਡੀਓ ਚ ਇੰਨਾ ਹੀ ਮੇਰੀ ਵੀਡੀਓਜ਼ ਨੂੰ ਦੇਖੋ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਥੈਂਕ ਯੂ ਸੋ ਮੱਚ